ਦੀ ਸਹਾਇਤਾ ਕਰਨੀ ਚਾਹੀਦੀ ਹੈ ਥੈਂਕ ਯੂ ਆ ਜਾ ਬੈਣਿਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ मैं सब तो पहला तुहानू दसना चाहती हाँ कि सानू अपने मम्मी पापा नू बहुत प्यार करना चाहिदा है क्योंकि साडे मम्मी पापा सानू ही पता है वी ओह किहड़ियां मुश्किलां विच आके सानू पढ़ा रहे हन ते सानू उहनां दी इज्जत दा वी ध्यान रखना चाहिदा है ते जिहड़ी मतलब कुड़ी कोई भी इदां दा स्टैप चकदी है तां उस नू स्टैप चक्कण नाल उस दे माँ प्यो दी ही पग नू दाग लगदा है क्योंकि कुड़ी नू पहलां ही पता होना चाहिदा है कि वी ओह इह काम नहीं करना चाहिदा क्योंकि सारे पिंड वाले ही कुड़ी दा ही कसूर कढ़दे हन कि कुड़ी दी वजह नाल ही इह काम होया है ते सानू इस गल दा वी ध्यान सानू इस दा पता है कि साडे प्रिंसीपल मैम जो इस स्कूल विच आए ते साडे स्कूल विच अनुशासन आया उन्होंने सब तो पहला दो हाउस बनाए ने ते जिस नाल स्कूल विच अनुशासन ते एंड सफाई दा वी ध्यान रखिया जांदा है उन्होंने हुण बच्चों नू बोतलां लियाण वास्ते कहा ते वी स्कूल विच इक गार्डन बनाया जा रहा है ते बच्चे बोतलां लियाण लई बच्चों नू बोतलां लियाण लई वी कहा गया है तां वीरे ने वीरे दी इक गल बहुत चंगी लगी कि सानू कुड़ियां नू भुख विच नहीं मारना चाहीदा क्योंकि जिहड़े लोक जदों कुड़ी दा जन्म हुंदा है तां ਉਹ ਘਰ ਵਿੱਚ ਪੂਰੇ ਸੋਗ ਕੀਤਾ ਜਾਂਦਾ ਹੈ ਤਾਂ ਜਦੋਂ ਮੁੰਡਾ ਹੁੰਦਾ ਹੈ ਤਾਂ ਪੂਰੇ ਘਰ ਵਿੱਚ ਮਠਿਆਈ ਵੰਡੀ ਜਾਂਦੀ ਹੈ ਤਾਂ ਕਿ ਜੋ ਮੁੰਡੇ ਮਤਲਬ ਕੁੜੀਆਂ ਨਾਲੋਂ ਅੱਗੇ ਹਨ ਪਰ ਅਕਸਰ ਇਹ ਹੈ ਕਿ ਕੁੜੀਆਂ ਮੁੰਡਿਆਂ ਨਾਲੋਂ ਅੱਗੇ ਹਨ ਕਿਉਂਕਿ ਕੁੜੀਆਂ ਘਰ ਦਾ ਵੀ ਕੰਮ ਕਰਕੇ ਸਕੂਲ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਘਰ ਜਾ ਕੇ ਵੀ ਕੰਮ ਕਰਦੀਆਂ ਨੇ ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਟਾਈਮ ਮਿਲਦਾ ਹੈ ਪੜ੍ਹਨ ਨੂੰ ਪਰ ਲੜਕੇ ਸਕੂਲ ਆਉਂਦੇ ਨੇ ਤੇ ਘਰ ਜਾ ਕੇ ਵਾਰਾ ਗਿਰਦੀਆਂ ਕਰਦੇ ਨੇ ਫਿਰ ਮੋਬਾਈਲਾਂ ਵਿੱਚ ਵੜ ਜਾਂਦੇ ਨੇ ਫਿਰ ਉਹ ਪੜ੍ਹਦੇ ਵੀ ਨਹੀਂ ਤੇ ਫਿਰ ਅਕਸਰ ਕਈ ਮੁੰਡੇ ਬਹੁਤ ਫੁਕਰੇ ਨੇ ਜਿੱਦਾਂ ਕਿ ਮਤਲਬ ਰਾਹ ਵਿੱਚੋਂ ਕੋਈ ਵੀ ਧੀਆਂ ਭੈਣਾਂ ਲੰਘਦੀਆਂ ਨੇ ਤਾਂ ਰਾਹ ਵਿੱਚ ਜੁੱਟ ਬਣਾ ਕੇ ਖੜ ਜਾਂਦੇ ਨੇ ਤੇ ਵੀ ਮਤਲਬ ਉਹਨਾਂ ਨੂੰ ਅਕਸਰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡੀਆਂ ਵੀ ਘਰ ਧੀਆਂ ਭੈਣਾਂ ਨੇ ਜੇ ਅਸੀਂ ਅੱਜ ਖੜਾਂਗੇ ਤਾਂ ਮਤਲਬ ਸਾਡੀ ਵੀ ਭੈਣ ਨੂੰ ਕੋਈ ਐਦਾਂ ਛੇੜੇਗਾ ਤੇ ਜੇ ਉਹ ਵੀ ਮਤਲਬ ਇਸ ਗੱਲ ਦਾ ਧਿਆਨ ਰੱਖਣ ਕਿ ਅਸੀਂ ਅੱਜ ਤੋਂ ਬਾਅਦ ਨਹੀਂ ਖੜਨਾ ਤਾਂ ਅਕਸਰ ਗੁਰਦੁਆਰੇ ਵਿੱਚ ਵੀ ਆਵਾਜ਼ ਦਿੱਤੀ ਜਾਂਦੀ ਹੈ ਕਿ ਵੀ ਤੁਸੀਂ ਇੱਥੇ ਨਹੀਂ ਖੜਨਾ ਪਰ ਉਹਨਾਂ ਦੀ ਮਤਲਬ ਉਹਨਾਂ ਦੇ ਸਿਰ ਤੇ ਕੋਈ ਅਸਰ ਨਹੀਂ ਹੁੰਦਾ ਤੇ ਮਤਲਬ ਉਹ ਫਿਰ ਕੁੜੀਆਂ ਵਗਰ ਐਦਾਂ ਪਿੱਛੇ ਕਿਹੜੇ ਮਾਰਦੇ ਨੇ ਤੇ ਉਹਨਾਂ ਨੂੰ ਮਤਲਬ ਇਹ ਧਿਆਨ ਰੱਖਣਾ ਚਾਹੀਦਾ ਕਿ ਅੱਜ ਜੇ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਸਾਡੀ ਭੈਣ ਨਾਲ ਵੀ ਕੱਲ ਨੂੰ ਐਦਾਂ ਹੋ ਸਕਦਾ ਹੈ ਤੇ ਇਸ ਲਈ ਥੈਂਕ ਯੂ ਇਹ ਤਾਂ ਪੂਰੀ ਕਲਾਸ ਲਾ ਗਈ ਮੁੰਡਿਆਂ ਦੀ ਮੁੰਡੇ ਪਾਪਾ ਇੰਨੇ ਗੰਦੇ ਵੀ ਨਹੀਂ ਹੈਗੇ ਨਾ ਮੈਨੂੰ ਆਪ ਸ਼ਰਮ ਆ ਰਹੀ ਹੋ ਪਰ ਚਲੋ ਜੋ ਵੀ ਕਿਹਾ ਸਹੀ ਕਿਹਾ ਭੈਣ ਨੇ ਕਿ ਅਵਾਰਾ ਗਰਦੀ ਕੀ ਫੁਕਰਾ ਮੈਂ ਬੜਿਆ ਕਰੋ ਯਾਰ ਇੱਥੇ ਦੀ ਮੈਨੂੰ ਆਪ ਫੀਲ ਹੋ ਰਿਹਾ ਗੋਡ ਬਲੈਸ ਯੂ ਲਵ ਬਣੇ ਮੇਰੇ ਵੱਲੋਂ ਸਾਰਿਆਂ ਨੂੰ ਆਪਣੀ ਸਤਿ ਸ਼੍ਰੀ ਅਕਾਲ ਪੱਜ ਦਾ ਬਹੁਤ ਬਹੁਤ ਥੈਂਕ ਯੂ ਜੀ ਨੇ ਆ ਕੇ ਸਾਰਿਆਂ ਨੂੰ ਕੁਝ ਚੰਗੀਆਂ ਗੱਲਾਂ ਦੱਸੀਆਂ ਤੇ ਪਰ ਰੋਣ ਕਿਉਂ ਲੱਗੀ ਕੀ ਹੋਇਆ ਰੋਣ ਕਿਉਂ ਲੱਗੀ ਹੁਣ ਤੇ ਦੰਦ ਕੱਢਦੀ ਪਈ ਸੀ ਉੱਤੇ ਕਿਹੜੀ ਕੀ ਹੋਇਆ ਅੱਖ 'ਚ ਕੁਛ ਪੈ ਗਿਆ ਤੇ ਦੱਸ ਕੀ ਹੋਇਆ ਦੱਸ ਕੀ ਹੋਇਆ ਸਾਫ ਕਰ ਪਹਿਲਾਂ ਅੱਖਾਂ ਸਾਫ ਕਰ ਕੀ ਹੋਇਆ ਦੱਸ ਯਾਦ ਆ ਗਈ ਕਿਸੇ ਦੀ ਮੰਮੀ ਦੀ ਤਾਂ ਭਰਾ ਆਇਆ ਭਰਾ ਆਇਆ ਘਰੇ ਬਾ ਭਰਾ ਤੇਰਾ ਇੱਕ ਹੋਰ ਆ ਗਿਆ ਉਹ ਕਹਿਣਾ ਬਸ ਤਾੜੀਆਂ ਲਾ ਦੋ ਯਾਰ ਕੁੜੀ ਵਾਸਤੇ ਜ਼ੋਰ ਕੇ ਉਹਨਾਂ ਨੂੰ ਭਰਾ ਮੰਨ ਲਿਆ ਹੁਣ ਪੱਕਾ ਗੋਡ ਬਲੈਸ ਯੂ ਆ ਜਾਓ ਬੈਠੇ ਆ ਜਾਓ ਪਹਿਲਾਂ ਮੈਂ ਸਾਰਿਆਂ ਨੂੰ ਆਪਣੇ ਗੁਰਸਿੱਖ ਪਿਆਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਹੁੰਦੀ ਹਾਂ ਵੀ ਕੋਈ ਗੱਲ ਨਹੀਂ ਆਰਾਮ ਨਾਲ ਟੇਕ ਯੋਰ ਟਾਈਮ ਸਾਨੂੰ ਆਪਣੇ ਸਿੱਖੀ ਨੂੰ ਕਦੇ ਵੀ ਰੋਲਣਾ ਨਹੀਂ ਚਾਹੀਦਾ ਸਾਨੂੰ ਤਾਂ ਇਹ ਚਾਹੀਦਾ ਵੀ ਵੱਧ ਤੋਂ ਵੱਧ ਅਸੀਂ ਗੁਰੂਆਂ ਬਾਰੇ ਸਿੱਖੀਏ ਤੇ ਗੁਰਬਾਣੀ ਪਾਠ ਕਰੀਏ ਪਰ ਕਈ ਇੱਥੇ ਸਰਦਾਰ ਜਿਹੜੇ ਬੈਠੇ ਨੇ ਉਹ ਸਮਝਦੇ ਨਹੀਂ ਇਸ ਗੱਲ ਨੂੰ ਕਿ ਵੀ ਸਾਨੂੰ ਸਿੱਖਾਂ ਨੂੰ ਐਡੀ ਵੱਡੀ ਕੌਮ ਦਿੱਤੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਹਨਾਂ ਦਾ ਮਾਣ ਹੀ ਨਹੀਂ ਕਰਦੇ ਬਿਲਕੁਲ ਵੀ ਉਹਨਾਂ ਗੱਲ ਜਾਣ ਕੇ ਬਹੁਤ ਦੁੱਖ ਲੱਗਦਾ ਵਾ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਬਸ
ਨਸ਼ਾ ਸੰਭਾਲ ਕੇ ਰੱਖਿਓ ਮਾਣ ਤੇ ਇੱਜ਼ਤ ਨੂੰ ਵੱਧ ਤੋਂ ਵੱਧ ਦਿਓ ਤੇ ਧੀਆਂ ਬਾਰੇ ਮੈਂ ਬਸ ਇੰਨਾ ਕਹਿਣਾ ਚਾਹੁੰਦੀ ਹਾਂ ਵੀ ਜੇਕਰ ਤੁਹਾਨੂੰ ਕੋਈ ਛੇੜਦਾ ਵਾ ਨਾ ਤਾਂ ਉਹਨੂੰ ਕਰਾਰਾ ਜਵਾਬ ਜ਼ਰੂਰ ਦੇਣਾ ਚਾਹੀਦਾ ਵਾ ਕਰਾਰਾ ਜਵਾਬ ਕਿੱਦਾਂ ਮਤਲਬ ਜੁੱਤੀ ਲਾ ਕੇ ਹਾਂ ਜੁੱਤੀ ਲਾ ਕੇ ਮੈਂ ਵੀ ਕਹਿ ਰਿਹਾ ਜੁੱਤੀ ਲਾ ਕੇ ਜੇ ਕੋਈ ਇੱਕ ਵਾਰੀ ਮੰਨ ਜਾਵੇ ਠੀਕ ਹੈ ਇੱਕ ਵਾਰੀ ਨੂੰ ਮਨਾ ਕਰ ਦੋ ਫੜ ਜਾ ਨਹੀਂ ਹੜਦਾ ਦੂਜੀ ਵਾਰੀ ਸੈਂਡਲ ਲਾ ਲਿਆ ਕਰੋ ਦੇ ਵੀ ਜਿੱਥੇ ਪੈਂਦਾ ਪੈਣ ਦੇ ਠੀਕ ਹੈ ਠੀਕ ਹੈ ਮੇਰੇ ਸੈਂਡਾ ਚੁੱਕ ਕੇ ਮਾਰਿਆ ਕਰੋ ਉਹਦੇ ਸੈਰ ਤੇ ਆ ਜਾ ਪੈੜੀ ਆ ਜਾ ਸਾਹਮਣੇ ਆ ਜਾ ਜਿਵੇਂ ਅੱਜ ਵੀਰੇ ਨੇ ਦੱਸਿਆ ਹੈ ਕਿ ਸਾਨੂੰ ਗੁੱਲਕ ਲਾ ਕੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਬਹੁਤ ਪਹਿਲਾਂ ਤੋਂ ਹੀ ਕਦਮ ਚੁੱਕ ਲਿਆ ਕਿ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਜਾਣੇ ਜਿਹੜੇ ਮੰਗਣ ਆਉਂਦੇ ਸੀਗੇ ਮੈਂ ਉਹਨਾਂ ਨੂੰ ਵੀ 3-4 ਦਾ ਚੱਪਲ ਲੈ ਕੇ ਦਿੱਤੀਆਂ ਸੀਗੀਆਂ ਤੇ ਉਹਨਾਂ ਰੋਟੀ ਖਾਣ ਲਈ ਵੀ ਦਿੱਤੀ ਸੀਗੀ ਜਿਵੇਂ ਬਾਕੀ ਬਹੁਤ ਭੇਦਭਾਵ ਕਰਦੇ ਹਨ ਮੈਂ ਬਿਲਕੁਲ ਨਹੀਂ ਕਰਦੀ ਜਿੱਥੇ ਬਹਿ ਕੇ ਮੈਂ ਰੋਟੀ ਖਾਣੀ ਆ ਉੱਥੇ ਬਹਿ ਕੇ ਉਹਨਾਂ ਨੂੰ ਵੀ ਰੋਟੀ ਮੈਂ ਖਵਾਉਂਦੀ ਆ ਨਾਲ ਕਿਆ ਬਾਤ ਹੈ ਤੇਰੀ ਉਮਰ ਕਿੰਨੀ ਤੇਰੀ 16 ਸਾਲ ਦੀ ਉਮਰ ਦੇ ਵਿੱਚ ਕਿਸੇ ਦੇ ਪੈਰ ਟੱਕਦੇ ਰੱਬ ਮੰਨਣ ਦੀ ਲੋੜ ਨਹੀਂ ਰੱਬ ਤੇਰੇ ਅੰਦਰ ਹੀ ਆ ਆ ਜਾ ਭੈਣੇ ਆ ਜਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਮੈਨੂੰ ਵੀਰ ਜੀ ਦੀ ਬਹੁਤ ਵਧੀਆ ਗੱਲਾਂ ਲੱਗੀਆਂ ਸਾਰੀਆਂ ਜਦ ਮੈਂ ਛੋਟੀ ਹੁੰਦੀ ਸੀ ਮੈਨੂੰ ਵੀ ਸੀਗਾ ਕਿ ਮੈਂ ਗਰੀਬ ਲੋਕਾਂ ਦੀ ਮਦਦ ਕਰਾਂ ਤੇ ਹੁਣ ਮੇਰੇ ਭੈਣ ਭਰਾ ਮੇਰਾ ਮਜ਼ਾਕ ਉਡਾਉਂਦੇ ਹੁੰਦੇ ਆ ਕਿ ਤੂੰ ਕਿਵੇਂ ਕਰੂੰਗੀ ਤੇਰੇ ਕੋਲ ਕੁਛ ਨਹੀਂ ਹੈਗਾ ਮੈਂ ਕਿਹਾ ਮੈਂ ਕਰੂੰਗੀ ਜਿੱਦਾਂ ਮਰਜ਼ੀ ਮੈਂ ਆਪਣੇ ਪੈਰਾਂ ਤੇ ਕਰੂੰਗੀ ਪਹਿਲੋ ਗੱਲ ਫਿਰ ਉਹੀ ਆ ਗਈ ਹੁਣ ਅਸੀਂ ਕਿੱਦਾਂ ਜ਼ਿੰਦਗੀ 'ਚ ਕੁਛ ਕਰਨਾ ਪਹਿਲਾਂ ਆਪਣੇ ਪੈਰਾਂ ਤੇ ਖੜੇ ਹੋਣਾ ਪੈਣਾ ਤਾਂ ਹੀ ਕਰ ਸਕਦੇ ਹਾਂ ਹੁਣ ਆਪਾਂ ਇਹ ਤਾਂ ਆਪਣੇ ਨਾਲ ਦੇ ਨੂੰ ਕਹਿ ਨਹੀਂ ਸਕਦੇ ਨਾ ਕਿ ਪੈਸੇ ਦੇ ਦੇ ਮੈਂ ਕਿਸੇ ਦੀ ਹੈਲਪ ਕਰਨੀ ਹੈ ਕਮਾ ਕੇ ਹੈਲਪ ਹੋਣੀ ਹੈ ਜੇ ਹੋਣੀ ਹੈ ਠੀਕ ਹੈ ਨਾ ਆ ਜਾਓ ਭੈਣੇ ਕੋਈ ਰਹਿ ਗਿਆ ਦੋ ਤਿੰਨ ਰਹਿ ਗਏ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪਹਿਲੇ ਵੀਰੇ ਦਾ ਥੈਂਕਸ ਕਰਾਂਗੀ ਕਿ ਉਹ ਇੱਥੇ ਆਏ ਤੇ ਇੱਥੇ ਆ ਕੇ ਸਾਰਿਆਂ ਨੂੰ ਕੁਝ ਚੰਗੀਆਂ ਗੱਲਾਂ ਦੱਸੀਆਂ ਨਾਲ ਮੈਂ ਪ੍ਰਿੰਸੀਪਲ ਮੈਮ ਦਾ ਥੈਂਕਸ ਕਰਾਂਗੀ ਜਿਨ੍ਹਾਂ ਨੇ ਜੋ ਇੱਥੇ ਆਏ ਤੇ ਇੱਥੇ ਅਨੁਸ਼ਾਸਨ ਬਣਾਇਆ ਇੱਥੇ ਉਹਨਾਂ ਨੇ ਇੱਕ ਗਾਰਡਨ ਵੀ ਬਣਾਉਣਾ ਜਿਨ੍ਹਾਂ ਲਈ ਬੱਚਿਆਂ ਨੂੰ ਬੋਤਲਾਂ ਕਹੀਆਂ ਸੀਗੀਆਂ ਪਰ ਬੋਤਲਾਂ ਥੋੜ੍ਹੀਆਂ ਹੋਈਆਂ ਮੈਂ ਬੱਚਿਆਂ ਨੂੰ ਕਹਾਂਗੀ ਕਿ ਉਹ ਬੋਤਲਾਂ ਦੇਣ ਤੇ ਵੀਰੇ ਦਾ ਥੈਂਕਸ ਵੀਰ ਜੀ ਆਏ ਤੇ ਉਹਨਾਂ ਨੇ ਵੀ ਬਹੁਤ ਚੰਗੀਆਂ ਗੱਲਾਂ ਸਿਖਾਈਆਂ ਤੇ ਉਹਨਾਂ ਨੇ ਕੁਛ ਬਹੁਤ ਚੰਗਾ ਦੱਸਿਆ ਤੇ ਜਿਵੇਂ ਕਿ ਮੇਰੇ ਮੰਮਾ ਜੀ ਨੇ ਮੇਰੇ ਭਰਾ ਨੂੰ ਇੱਕ ਗੱਲ ਕਹੀ ਸੀ ਵੀ ਜੇ ਤੂੰ ਦੂਜੇ ਦੀ ਭੈਣ ਨੂੰ ਛੇੜੂਗਾ ਤੇ ਤੇਰੀ ਭੈਣ ਨੂੰ ਵੀ ਕੋਈ ਛੇੜੂਗਾ ਥੈਂਕਸ ਕਿਆ ਬਾਤ ਆ ਜਾ ਬੈਠੇ ਆ ਜਾ ਕੋਈ ਰਹਿ ਗਿਆ ਹੋ ਗਏ ਸਾਰੇ ਆ ਜਾ ਬੜੇ ਜੋਸ਼ ਨਾਲ ਲੱਗੀ ਆਈ ਸੀ ਉੱਠ ਕੇ ਜੇ ਕਾੜਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਭਾਜੀ ਤੁਸੀਂ ਸਕੂਲ ਚ ਆਏ ਸਾਨੂੰ ਬਹੁਤ ਚੰਗਾ ਲੱਗਾ ਤੁਸੀਂ ਸਾਨੂੰ ਇੰਨੀਆਂ ਗੱਲਾਂ ਦੱਸੀਆਂ ਮੈਂ ਤੁਹਾਨੂੰ ਕੁੜੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਨੂੰ ਘਰ ਵੀ ਸਿਰਫ ਕੁੜੀਆਂ ਨੂੰ ਜ਼ਿਆਦਾ ਪਿਆਰ ਸਿਰਫ ਪਾਪਾ ਕਰਦੇ ਨੇ ਤੇ ਮੁੰਡਿਆਂ ਨੂੰ ਮੰਮਾ ਫਿਰ ਤੁਸੀਂ ਕਿਉਂ ਇੱਦਾਂ ਕਰਦੇ ਹੋ ਕਿ ਪਾਪਾ ਦੀ ਪੱਗ ਰੋਲਦੀਆਂ ਹੋ ਪਲੀਜ਼ ਇੱਦਾਂ ਨਾ ਕਰਿਆ ਕਰੋ ਸਿਰਫ ਇੱਕ ਦੀ ਗਲਤ ਹੋਣ ਨਾਲ ਨਾ ਸਾਰੀਆਂ ਕੁੜੀਆਂ ਨੂੰ ਗਲਤ ਕਿਹਾ ਜਾਂਦਾ ਜੇ ਘਰ 'ਚ ਇੱਕ ਕੁੜੀ ਗਲਤ ਕਰੂਗੀ ਦੂਜੀਆਂ ਨੂੰ ਪੜ੍ਹਨ ਤੋਂ ਰੋਕਿਆ ਜਾਂਦਾ ਬਾਈ ਦੂਜੀ ਵੀ ਇੱਦਾਂ ਕਰੂਗੀ ਪਲੀਜ਼ ਇੱਦਾਂ ਨਾ ਕਰੋ ਕਿਉਂਕਿ ਦੂਜੀਆਂ ਪੜ੍ਹਨਾ ਚਾਹੁੰਦੀਆਂ ਤੁਸੀਂ ਨਹੀਂ ਪੜ੍ਹਨਾ ਚਾਹੁੰਦੇ ਤਾਂ ਕੀ ਹੋ ਗਿਆ ਪਲੀਜ਼ ਇੱਦਾਂ ਨਾ ਕਰੋ ਉਹ ਵੀ ਪੜ੍ਹਨਾ ਚਾਹੁੰਦੀਆਂ ਨੇ ਪਲੀਜ਼ ਇੱਦਾਂ ਨਾ ਕਰੋ ਕਿਉਂਕਿ ਛੋਟੀਆਂ ਤਾਂ ਪੜ੍ਹਨਾ ਚਾਹੁੰਦੀਆਂ ਨੇ ਜੇ ਤੁਸੀਂ ਨਹੀਂ ਪੜ੍ਹਨਾ ਚਾਹੁੰਦੇ ਕੀ ਹੋ ਗਿਆ ਪਲੀਜ਼ ਗਲਤ ਸਟੈਪ ਚੁੱਕ ਕੇ ਨਾ ਛੋਟਿਆਂ ਦੀ ਮੁਸੀਬਤਾਂ ਖੜੀਆਂ ਨਾ ਕਰੋ ਥੈਂਕ ਯੂ ਆਲ ਆਫ ਯੂ ਕਿਆ ਬਾਤ ਹੈ ਬਿਲਕੁਲ ਬਹੁਤ ਵਧੀਆ ਗੱਲ ਕੀ ਵੱਡੀਆਂ ਭੈਣਾਂ ਜੀ ਨਹੀਂ ਪੜ੍ਹਨਾ ਚਾਹੁੰਦੀਆਂ ਇਹ ਨਹੀਂ ਕਿ ਨਹੀਂ ਪੜ੍ਹਨਾ ਪੜ੍ਹੋ ਆਪਣੇ ਪੈਰਾਂ ਤੇ ਖੜੇ ਹੋਵੋ ਇਹ ਤਾਂ ਸਾਰੀ ਜ਼ਿੰਦਗੀ ਰੋਟੀਆਂ ਸਬਜ਼ੀਆਂ 'ਚ ਨਿਕਲਣੀਆਂ ਸਵੇਰੇ ਰੋਟੀ ਬਣਾ ਲਈ ਦੁਪਹਿਰੇ ਬਣਾ ਲਈ ਰਾਤੀ ਬਣਾ ਲਈ ਬਸ ਹੋਰ ਕੋਈ ਕੰਮ ਨਹੀਂ ਫਿਰ ਆਪਣਾ ਇਹੀ ਕਰਨਾ ਰੋਟੀਆਂ ਪਕਾਉਣ ਵਾਲਾ ਕੰਮ ਕਰਨਾ